ਹੋਏ ਸੈਯਦੇ ਬਹਿਰੋਬਰ ਅੱਜ ਪੈਦਾ ਹੋਏ ਸੈਯਦੇ ਬਹਿਰੋਬਰ ਫਿਰ ਥਰਾ ਗਿਆ ਬੁਤਗੀਰੇ ਟੁੱਟ ਗਏ ਫਿਰ ਥਰਾ ਗਿਆ ਬੁਤਗੀਰੇ ਟੁੱਟ ਗਏ ਨੂਰ ਛਿੜਕਾ ਗਿਆ ਅਰਸ਼ ਸੇ ਫਰਿਸ਼ ਤੱਕ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਉਮੀਦ ਹੈ ਸਾਰੇ ਠੀਕ ਠਾਕ ਹੋ ਸੋ ਖੁਸ਼ਬਾਸ਼ ਹੋ ਸੋ ਅਤੇ ਅੱਲਾਹ ਤਾਲਾ ਨੇ ਇਫਜ਼ੋ ਅਮਾਨ ਚ ਸੋ ਜਿੱਥੇ ਵੀ ਉਸ ਆਪਣੀ ਜ਼ਿੰਦਗੀ ਆਸਨ ਅੰਦਾਜ਼ ਨਾਲ ਗੁਜ਼ਾਰਨੇ ਹੋ ਸੋ ਕਸ਼ਮੀਰੀ ਵਲਾਗਰ ਹਾਜ਼ਰ ਇੱਕ ਨਵਾਂ ਖੂਬਸੂਰਤ ਜਿਹਾ ਵਲਾਗ ਕਿ ਤੁਹਾਨੂੰ ਖਿਦਮਤ ਜੀ ਕਸ਼ਮੀਰੀ ਵਲਾਗਾਂ ਦੀ ਤਰਫੋਂ ਮੇਜ਼ਬਾਨ ਇਸਰਾਰ ਯਾਕੂਬ ਤੁਹਾਡੇ ਦੋਏ ਪਾਪੇ ਇਨਸ਼ਾਅੱਲਾ ਥੋੜ੍ਹੇ ਟਾਈਮ ਤੋਂ ਬਾਅਦ ਮੈਂ ਕਿ ਜੁਆਇਨ ਕਰ ਸਨ ਅੱਜ ਅਸੀਂ ਪ੍ਰੋਗਰਾਮ ਕੁਝ ਇਸ ਤਰ੍ਹਾਂ ਆ ਕਿ ਮੈਂ ਅੱਛੋ ਜੁਲੀਆ ਸਾਡੇ ਏਰੀਏ ਥੋੜ੍ਹਾ ਵਿਜ਼ਿਟ ਕਰਨੇ ਆ ਇੱਧਰ ਘੁੰਮਣੇ ਫਿਰਨੇ ਆ ਥੋੜ੍ਹਾ ਜਿਹਾ ਆਪਣਾ ਏਰੀਆ ਵੀ ਭੈਣਾ ਭਰਾ ਕਿ ਜ਼ਰੂਰ ਦੱਸਾਂ ਕਿ ਸਾਡੇ ਏਰੀਏ ਇੱਥੇ ਅੱਗੇ ਅਕਸਰ ਅਸਾਂ ਸ਼ਨੇ ਰਹਿਣੇ ਹੋਣੇ ਸੀ ਬੇਲਾ ਬਹਾਦਰ ਸ਼ਾਹ ਵਾਲੀ ਸਾਈਡ ਉੱਪਰ ਤਾਂ ਜਿਹਨੂੰ ਅਸਾਂ ਆਇਆ ਕਿ ਉਸ ਸਾਈਡ ਉੱਪਰ ਨਾ ਜੁਲਿਆ ਜਾ ਉਸਨੇ ਅਪੋਜ਼ਿਟ ਸਾਈਡ ਹੈ ਉੱਧਰ ਜੁਲਨੇ ਆ ਉੱਥੋਂ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਜਿਹਾ ਵਿਊ ਹੈ ਉਸਨੇ ਸਾਹਮਣੇ ਪਾਰ ਹਿੱਲ ਗਾਲ ਏਰੀਏ ਇਸ ਨੇ ਉਹ ਵੀ ਬੜੇ ਖੂਬਸੂਰਤ ਨਜ਼ਰ ਇਸ ਨੇ ਤਾਂ ਵਿਊ ਬੜਾ ਮਜ਼ੇ ਨਾਲ ਸੀ ਤਾਂ ਹੁਣ ਮੈਂ ਵੇਟ ਕਰਨਾ ਪਿਆ ਪਾਪਿਆਂ ਨਾਲ ਮੋਟਰਸਾਈਕਲਾਂ ਨਾਲ ਤੱਕਣੇ ਉਸ ਕਸਟਰ ਲਾਇਆ ਵਾ ਪਾਪਿਆਂ ਵਾਸਤੇ ਮੈਂ ਆਈ ਰਹੀ ਤਾਂ ਉਹਨੇ ਕਾਰ ਨਾ ਜੁਲਨੇ ਅਤੇ ਮੈਂ ਚਲੋ ਕਾਰ ਨਾ ਜੁਲਨੇ ਤਾਂ ਫਿਰ ਜ਼ਾਹਰੀ ਗੱਲ ਹੈ ਉੱਥੇ ਜੋ ਸਾਨੂੰ ਡੇਮੇ ਉੱਪਰ ਥੋੜ੍ਹੀ ਬਹੁਤ ਇੰਟਰਟੇਨਮੈਂਟ ਹੋਈ ਚਾਹੀਦਾ ਜ਼ਾਹਰੀ ਗੱਲ ਹੈ ਦੁਕਾਨ ਵਗੈਰਾ ਤਾਂ ਕੋਲ ਕੋਲ ਨਹੀਂ ਹੈ ਤਾਂ ਮੈਂ ਚਲੋ ਇਹ ਕੁਝ ਬਣਵਾਈ ਜੁਲਨੇ ਹਾਂ ਮਿੱਠਾ ਤਾਂ ਉੱਥੇ ਬੇਸਾਂ ਗੱਪਸ਼ਾਂ ਮਾਰਸਾਂ ਨਾਲ ਇੰਜੋਏ ਕਰਸਾਂ ਇਸ ਕੀ ਦੋਏ ਪਾਪੇ ਪਹੁੰਚੀ ਆਏ ਤਾਂ ਪਹਿਲੇ ਤਾਂ ਜ਼ਾਹਰੀ ਗੱਲ ਮੁਲਾਕਾਤ ਆਪ ਦੀ ਕੈਮਰਾ ਤਾਂ ਕਰੀ ਹੋਣੇ ਲੇਕਿਨ ਔਨ ਦੀ ਕੈਮਰਾ ਭੈਣਾ ਭਰਾ ਕੀ ਦੱਸਣਾ ਵਾਲੇਕੁਮ ਅਸਲਾਮ ਬਾਬੇ ਕੀ ਹਾਲ ਹੈ ਲੇਕਿਨ ਵਾਪਸ ਨੀ ਕਰਨੀ ਅਸਾਂ ਵਾਪਸ ਹੀ ਚੀਜ਼ ਹੈ ਇਸ ਤਰ੍ਹਾਂ ਕਿ ਜਿਸ ਕੀ ਜਿਹੜੀ ਚੀਜ਼ ਪਸੰਦ ਆਏਗੀ ਅਗਲੇ ਚਾਹੀ ਕਹਿੰਦੇ ਤੁਸੀਂ ਵਾਪਸ ਕਰਨੇ ਨਾ ਨੀ ਜਿਹੜੀ ਵੀ ਜਿਹੜੀਆਂ ਇੱਕ ਚੀਜ਼ ਆਉਣੀ ਐਕਸਚੇਂਜ ਕਰਨੇ ਲਈ ਦੇਖੋ ਜੀ ਫਿਰ ਆਪਸ 'ਚ ਲਗਾ ਰਹਿਣਾ ਹੰਸੀ ਮਜ਼ਾਕ ਹੋਣੀ ਹੈ ਸੁਣਾਓ ਸਿਹਤ ਤਬੀਅਤ ਕੋਈ ਰਸਤੇ ਮੁਸ਼ਕਲਾਂ ਤਾਂ ਨਹੀਂ ਪੇਸ਼ ਆਈਆਂ ਬਸ ਥੋੜ੍ਹੇ ਬਹੁਤ ਜ਼ਾਹਿਰ ਕਰਾਂ ਮੁਸ਼ਕਲਾਂ ਤੋਂ ਬਾਅਦ ਆਸਾਨੀ ਹੋਣੀ ਨਾ ਥੋੜ੍ਹੀਆਂ ਬਹੁਤ ਨਹੀਂ ਮੁਸ਼ਕਲਾਂ ਗਰਮੀ ਤਾਂ ਨਹੀਂ ਗਰਮੀ ਨਹੀਂ ਸ਼ਿੱਦਤ ਜੀ ਵਾਕਿਆ ਦਿਨ ਬਾ ਦਿਨ ਇਜ਼ਾਫਾ ਹੋ ਰਿਹਾ ਇੱਥੋਂ ਅੰਦਾਜ਼ਾ ਹੋਈ ਸਕਣਾ ਇਹ ਬਾਬੇ ਨੇ ਤਾਂ ਕੱਪੜਿਆਂ ਨੇ ਹਾਲਤ ਕਰਾਈ ਅਸਲੀ ਪਤਾ ਨਹੀਂ ਕਿਹਾ ਉਹ ਆਣੇ ਨਾ ਕਿ ਕਿਸੇ ਵੀ ਬੜੇ ਤੂਫਾਨ ਤੋਂ ਪਹਿਲੇ ਰਾਣੀ ਖਾਮੋਸ਼ੀ ਹੋਣੀ ਹੈ ਬਾਰਿਸ਼ਾਂ ਔਰ ਸਹੀ ਸਰਦੀ ਸ਼ੁਰੂ ਹੋਣ ਤੋਂ ਪਹਿਲੇ ਰਾਣੀ ਥੋੜ੍ਹੀ ਜਿਹੀ ਗਰਮੀ ਹੋ ਸੀ ਮੈਂ ਤਾਂ ਦੁਆ ਕਰਨਾ ਉਹ ਦਿਹਾੜਾ ਕਦੋਂ ਅਸੀਂ ਬਾਰਿਸ਼ ਹੋ ਸੀ ਵੇਸਟ ਕੋਟ ਲਾਇਆ ਕਰ ਸਕਦੇ ਥੋੜ੍ਹੀ ਡਰੈਸਿੰਗ ਬੰਦੇ ਨਹੀਂ ਮਜ਼ੇ ਨਹੀਂ ਆਉਣੀ ਗਰਮੀਆਂ ਵਿੱਚ ਯਕੀਨ ਮੰਨੋ ਡਰੈਸਿੰਗ ਨਹੀਂ ਬੰਦੇ ਕੋਲ ਆਉਣੀ ਗਰਮੀਆਂ ਬੰਦੇ ਨੇ ਵੈਸੇ ਖਵਾਇਸ਼ ਹੋ ਸੀ ਬਾਰਿਸ਼ ਕਿਉਂ ਹੋਇਆ ਹੈ ਲੇਕਿਨ ਸਾਡੇ ਪਾਪੇ ਨੇ ਅਨੋਖੀ ਨਾ ਸਾਡੀ ਮਾਕੀ ਨਾ ਬੇਰਾਇਆ ਜੇ ਟੈਨਸ਼ਨ ਵੈ ਮੌਸਮ ਥੋੜਾ ਚੇਂਜ ਹੋਇਆ ਮੌਸਮ ਚੇਂਜ ਹੋ ਸੀ ਠੰਡਾ ਹੋ ਸੀ ਤਾਂ ਗੱਲ ਬਣ ਸੀ ਨਾ ਜਿਹੜੀ ਚੀਜ਼ ਡੱਬੇ ਚ ਹੋਸੀ ਉਹ ਤੁਸਾਂ ਵਾਸਤੇ ਐਸੀ ਹੋਸੀ ਕਿ ਰੱਜ ਲਾਸੋ ਤੁਸਾਂ ਘਰ ਵਾਲੇ ਪਾਸਾ ਰੁਕਣੇ ਸੇ ਕਰਨੇ ਮੈਂ ਉਧਰ ਡੇਮੇ ਪਰ ਕੋਈ ਲੱਭਣ ਨੀ ਲਗਾ ਤੇ ਵਕਤੀ ਉੱਥੇ ਜੁਲਾਂ ਥੋੜਾ ਹਲਕਾ ਫੁਲਕਾ ਖਾਈ ਪੀ ਕੇ ਇਨਸਾਨ ਵਾਪਸੀ ਪਰ ਜਦ ਤੁਸੀਂ ਖਾਣੇ ਦੀ ਤਮੰਨਾ ਹੋਈ ਤਾਂ ਮੁੰਡੀ ਤਾਂ ਘਰ ਭੇਜੀ ਉਸ ਨੇ ਤਾਂ ਹੁਣ ਟਾਈਮ ਭਾਵੇਂ ਬਹੁਤ ਲੇਟ ਹੋਈ ਆ ਨਾ ਹੁਣ ਇਸ ਲਈ ਦੇਸੀ ਮੁਰਗਾ ਪਕੜਾ ਨਹੀਂ ਅਸਾਂ ਰਾਤੀ ਦਸੀ ਦੀ ਕੀ ਕਰਦੇ ਨਹੀਂ ਨਾ ਅਸਲੀ ਰਾਤੀ ਪ੍ਰੋਬਲਮ ਇਹ ਹੈ ਇੱਕ ਫੰਕਸ਼ਨ ਹੈ ਫੈਮਿਲੀ ਵਿੱਚ ਅਦਾ ਇਸ ਮਰੇ ਬੁਰੇ ਹੜੇ ਇਹ ਆ ਕਿ ਉਸ ਫੰਕਸ਼ਨ ਵਿੱਚ ਉੱਥੇ ਦਾ ਉੱਤੇ ਅਸੀਂ ਜਿਸਨੇ ਵਿੱਚ ਇਨਵਾਈਟ ਸਾਂ ਤੁਸਾਂ ਕੋਣੀ
ਤੁਸੀਂ ਕੋਣੀ ਮੈਂ ਐਡਵਾਂਸ ਦੱਸੀ ਉੜਿਆ ਤੁਸੀਂ ਕੋਣੀ ਕੋਣੀ ਬੋਣਾ ਮੈਂ ਆਪੂ ਕਿਸੇ ਹੋਰ ਦਰਾ ਬਣਾ ਲਿਓ ਬਿਲਕੁਲ ਕਿਸੇ ਨੇ ਘਰ ਹੈ ਨਾ ਫੈਮਿਲੀ ਗੈਟ ਟੁਗੇਦਰ ਹੈ ਨਾ ਇਹ ਬਣਾ ਪਿਆ ਹਰ ਵੇਲੇ ਬਦੂਣ ਵਾਲਾ ਕੰਮ ਆ ਇਹਨਾਂ ਨਾ ਉਹਨਾਂ ਕੀ ਬਦੂਣ ਦਿਓ ਕੋਈ ਮਸਲਾ ਨਹੀਂ ਹੈ ਕੋਈ ਟੈਨਸ਼ਨ ਪਰੇਸ਼ਾਨੀ ਇਹਨਾਂ ਨੇ ਬੜੇ ਮਹਿਮਾਨ ਨਵਾਜ਼ ਹੋ ਤੁਸੀਂ ਇਹਨਾਂ ਨੇ ਗੱਲਾਂ ਨਾ ਮੈਂ ਅਸਰ ਕਿ ਨਾ ਹੀ ਨਾ ਜੇ ਅਸਰ ਕਿ ਨਾ ਹੋਣਾ ਤੇ ਹਾਲ ਵੈ ਇਹਦੇ ਤੇ ਮਾੜੇ ਬੁਝਣਾ ਜਿਹੜਾ ਗੱਲਾਂ ਅਸਰ ਨਾ ਕਿ ਨਾ ਸਫ਼ਰ ਸਾਡਾ ਜਾਰੀ ਆ ਤੇ ਖਲੀ ਗਿਆ ਜਿਹੜਾ ਵਿਊ ਆ ਇਥੋਂ ਕੀ ਦੱਸੀ ਨਾ ਕਿਉਂਕਿ ਕੋਈ ਪਤਾ ਨੀ ਕਿ ਅੱਗੇ ਜਿਹੜਾ ਰਸਤਾ ਉਹ ਸੀ ਸਾਹ ਮੁੜ ਸੀ ਜਾਂ ਨਾ ਮੁੜ ਸੀ ਨਾ ਨਾ ਮੁੰਨਾ ਪੈਣਾ ਜਿਹੜਾ ਹੁਣ ਜਿਹੜਾ ਮੁੰਨਾ ਪੈਣਾ ਹੀ ਅੱਗੋਂ ਮਾਸ਼ਾਅੱਲਾ ਪਾਣੀ ਤੱਕ ਕਿਸ ਰਿਹਾ ਅਪਰ ਆਇਆ ਤੇ ਹੁਣ ਲੱਗਣਾ ਕਿ ਵਾਪਸ ਵੀ ਜਾਣਾ ਪਿਆ ਚਲੋ ਚੱਪੂ ਮਾਰ ਸੋ ਚੱਪੂ ਕਸ਼ਤੀ ਚ ਇਹ ਆ ਕਿ ਹੋਰ ਤੋਂ ਬੰਦਾ ਹੈ ਕੋਈ ਜਿਹੜੇ ਭਾਈ ਹੋਰ ਸੁਣਨਾ ਹੈ ਭਾਈ ਆਪੂ ਜਾਓ ਆਪੂ ਚਲਾਓ ਆਪਣੀ ਜ਼ਿੰਮੇਦਾਰੀ ਪਰ ਉਹਨਾਂ ਹੈ ਮੈਂ ਜੁਲਿਆ ਕਾਰ ਇਸ ਰਾਹ ਸਾਹਮਣੇ ਰਹਿਮੋ ਕਮਰ ਕਰਮ ਪਰਿਥ ਆਈ ਗਿਆ ਜਿਹੜਾ ਰਸਤਾ ਤੈਅ ਕਰੀ ਤਾਂ ਉਹ ਵੀ ਦੰਦੀ ਉਪਰੇ ਸਾ ਇਸ ਤਰ੍ਹਾਂ ਲੱਗਣਾ ਸਾ ਜੇ ਪੈਰ ਸਲਿਪ ਹੋਇਆ ਤਾਂ ਵਾਪਸੀ ਨਾ ਕੋਈ ਇਰਾਦਾ ਕੋਈ ਨਹੀਂ ਹੈ ਕੈਮਰਾ ਆਣ ਗਿਆ ਉੱਥੇ ਕੈਮਰੇ ਨੇ ਯਾਦ ਹੀ ਨਹੀਂ ਜੀ ਇਹ ਵੀ ਨਾਲ ਆਉਂਦਾ ਵਾ ਤਾਂ ਅੱਲਾਹ ਤਾਲਾ ਨੇ ਨਾ ਗਿਣੀ ਗਲਤੀ ਕੋਤਾਈ ਜੇ ਕੋਈ ਹੋਈ ਤਾਂ ਮਾਫ਼ ਕਰੇ ਤੇ ਜੇ ਆਪਾਂ ਡੜੇ ਹਾਂ ਤਾਂ ਫਿਰ ਇਨਸ਼ਾਅੱਲਾ ਜਿਹੜਾ ਨਹੀਂ ਦੁਬਾਰਾ ਮਾਮਲਾ ਸ਼ੁਰੂ ਹੋ ਸਨ ਤੇ ਰਾਮਣਾ ਮਾਰੇ ਸਾਹਿਬ ਤੇ ਚੱਪੂ ਮਾਰਨੇ ਉਹਨਾਂ ਦਾ ਫੋਨ ਉੱਥੇ ਵੀ ਚੋਸੀ ਪਿਆ ਵਾ ਇਹ ਹੁਣ ਨਾ ਵੀ ਪੈਣਾ ਤਾਂ ਵੀ ਆਉਣਾ ਪੈ ਸੀ ਹੁਣ ਸਹੀ ਆਉਣਾ ਪੈ ਸੀ ਪਾਪਾ ਬਹੁਤ ਜ਼ਬਰਦਸਤ ਲਾਉਣੇ ਵੀ ਉਹ ਬਸ ਮੈਂ ਕਿਉਂਕਿ ਜ਼ਰਾ ਵੀ ਮੁਹਾਲਫ ਕੋ ਗੱਲ ਬਾਈ ਤਾਂ ਗਿਆ ਕੰਮ ਹੋਈ ਤਾਂ ਚਲੋ ਉਹ ਭਾਰ ਜਣੇ ਕਿਆ ਕਰਨੇ ਵੀ ਲੱਕੜੀਆਂ ਕੱਟ ਰਹੇ ਜ਼ਿੰਦਾਬਾਦ ਕਿੱਥੋਂ ਹੋਈ ਤੂੰ ਮੁੜਸੋ ਜ਼ਿਆਦਾ ਦੂਰ ਨਾ ਜੁਲਣ ਲੈਣਾ ਯਾਨੀ ਮੌਤ ਨੇ ਮੂੰਹ ਤੂੰ ਮੁੜਸਾਂ ਉਹ ਤਾਂ ਇੱਥੇ ਵੀ ਜਿੱਥੇ ਆਈਏ ਗਏ ਹੁਣ ਅੱਲਾ ਮਾਫ ਕਰਾ ਰੱਖ ਜਿਹੜਾ ਬੁਰਾ ਵਾਲ ਦੇਖਾ ਤਾਂ ਪਤਾ ਨਹੀਂ ਇਹ ਗੱਲ ਮੀ ਤਾਂ ਇਰਫਾਨ ਨਹੀਂ ਜਾਣਿਆ ਬੱਟੇ ਬੁਲਾਈ ਜਾਓ ਤੁਸੀਂ ਚੱਕਰ ਹੈ ਕੱਟੀ ਛੋ ਕੁਛ ਬੁਲਾਈ ਛੋ ਉੱਥੇ ਲਓ ਤਾਂ ਚਲੋ ਹੈ ਪਾਰ ਹੀ ਆ ਜੀ ਕੋਣੀ ਅੱਡਾ ਮਾਸ਼ਾ ਅੱਲਾ ਬੜਾ ਹੀ ਖੂਬਸੂਰਤ ਜਿਹਾ ਵਿਊ ਆ ਬਿਲਕੁਲ ਬਿਸ਼ਕਰਾ ਵਿੱਚ ਨਜ਼ਰ ਜਿਹੜੀ ਮਾੜੀ ਹੈ ਨਾ ਉਹ ਜ਼ਾਹਿਰ ਭੈਣਾਂ ਭਰਾ ਕਿੰਨਾ ਮਹਿਸੂਸ ਹੋਣੀ ਉਹ ਸਿੱਖਿਆ ਕਿ ਜਿਹਨੇ ਗੁਜ਼ਰਨੀ ਹੋਣੀ ਦਰਦ ਉਹ ਸਮਝੀ ਸਕਣਾ ਆ ਜੇ ਕਿ ਜੈਸਾ ਮਹਿਸੂਸ ਕਰਨੇ ਨਾ ਉਹ ਤੁਸਾਂ ਨੂੰ ਮਹਿਸੂਸ ਕਰੀ ਸੀ ਜਿਹੜੀ ਨਜ਼ਰ ਮਾੜੀ ਹੋਣ ਪਈ ਨਾ ਬਿਲਕੁਲ ਆਣੇ ਸੇ ਕਰੂ ਕੋ ਬਣਵਾਈ ਹੁੰਦਾ ਤਾਂ ਮਾਸ਼ਾਅੱਲਾ ਆਈਸਕ੍ਰੀਮ ਨੇ ਡੱਬਾ ਕਿ ਨਹੀਂ ਇਹ ਵਾਹ ਜੀ ਇਹ ਅਸਾਂ ਕੁਦ ਮੰਗਵਾਇਆ ਨੇ ਜੀ ਪਾਪੇ ਆਈਸਕ੍ਰੀਮ ਹੋਣੀ ਤੇ ਫਿਰ ਤੇ ਮੈਂ ਖਵਾ ਲਈ ਤਾਂ ਆਣਾਰਗੇ ਇਹ ਕੀ ਹੁੰਦਾ ਨੇ ਕਸਟਰਡ ਲੈਣਾ ਪਾਪੇ ਵਾਹ ਵਾਹ ਚਲੋ ਆਈਸਕ੍ਰੀਮ ਆ ਕਰੋ ਇਹ ਜ਼ਿਆਦਾ ਬਿਹਤਰ ਆ ਘਰਾਂ ਦੀ ਚੀਜ਼ ਬਣਦੀ ਵੀ ਦੋਏ ਠੀਕ ਆ ਸੂਰਜ ਪਹਾੜੀ ਨੇ ਪਿੱਛਾ ਗਰੂਪ ਹੋਈ ਗਿਆ
ਤਾਂ ਹੁਣ ਇਹ ਕਿ 20 ਤਾਂ ਖਾਣੇ ਆ ਆਈਸਕ੍ਰੀਮ ਹੁਣ ਅਸਾਂ ਕਸਟਰਡ ਕਸਟਰਡ ਖਾਣੇ ਆ ਤਾਂ ਫਿਰ ਉਸ ਤੋਂ ਬਾਅਦ ਇਹ ਕਿ ਬੇੜੀ ਚੜੀਆਂ ਦਾ ਕਰਾ ਦੰਦਾ ਲੱਗੀ ਜਾ ਚਮਚਾ ਬੋਲ ਨਹੀਂ ਸੀ ਕੁੱਟ ਭਰਨੇ ਵਾਲੀ ਗੱਲ ਹੀ ਮਿਲਾਂਗੇ ਕੋਈ ਮਸਲਾ ਕੋਟੀ ਭਰੀ ਕਿ ਚਲੋ ਸੋ ਇਹ ਕਿ ਸਾਡੀ ਕਸਤੀ ਸਾਡੀ ਨੇੜਾ ਲੱਗੀ ਜਾ ਸੀ ਬੱਲੇ ਬੱਲੇ ਰਿਵਰਸ ਚਾਹੀਦੀ ਬਿਲਕੁਲ ਹੁਣ ਆਪਣੇ ਆਪ ਹੀ ਜਾ ਰਹੀ ਹੈ ਅੱਲਾਹ ਤਾਲਾ ਨੇ ਜ਼ਾਤ ਹੈ ਕਿ ਅਸਾਂ ਕੀ ਵਾਈਫ ਦਾ ਤੋੜ ਪੁੱਛਿਆ ਆਪਣੇ ਜੋ ਕੁਝ ਵੀ ਖਾਓ ਮਿਹਨਤ ਕਰੀ ਰੱਖੋ ਹੈ ਠੀਕ ਹੈ ਔਰ ਅੱਜ ਯਕੀਨ ਕਰੋ ਜਿਹੜੀ ਮਿਹਨਤ ਹੀ ਹੈ ਕਰਨੀ ਪੈਣੀ ਨਾਲ ਸੌਣ ਤੱਕ ਕਿਆ ਕਿਹਾ ਖੂਹ ਵਿੱਚੋਂ ਮੈਂ ਜਾਂ ਚਮਚ ਭਰੀ ਤਾਂ ਸਿੱਧੀ ਕਰ ਸਕਦਾ ਬਚਣ ਕੁਝ ਵੀ ਨਹੀਂ ਨਗਾ ਸਾਹ ਪਿਲੀਆਂ ਲਾਈ ਹਾਂ ਪਹਿਲੇ ਵੀ ਨਿੱਕੀ ਜੀ ਸੀ ਤਾਂ ਜਿਲੇ ਇਹ ਤਾਂ ਕੋਣ ਉੱਪਰ ਆਇਆ ਤਾਂ ਹੁਣ ਇਹ ਤੋੜ ਮੂੰਹ 'ਚ ਪੁੱਜੇ ਨਹੀਂ ਗੱਲ ਹੀ ਨਾ ਬਾਪੇ ਟਾਈਮ ਤਾਂ ਸਪੈਂਡ ਕਰਨਾ ਨਾ ਲੇਕਿਨ ਮਯਾਰ ਕਿਸ ਤਰ੍ਹਾਂ ਮੁਕਰਰ ਸੀ ਕਿ ਕੁੱਟ ਕੜਾ ਜਿਹੜਾ ਨੀ ਉਹ ਬਰਾਬਰ ਪਰਸੀ ਹੈ ਕੋਈ ਇੱਕ ਜਣਾ ਕੁੱਟ ਜ਼ਿਆਦਾ ਹੀ ਪਰ ਆਪਣਾ ਮੂੰਹ ਆਪਣੇ ਮੂੰਹ ਜਿੱਦਾਂ ਆਏ ਡੀਲ ਮਨਜ਼ੂਰ ਨਹੀਂ ਜੀ ਹਾਂ ਹਾਂ ਕੁਝਣੇ ਮੂੰਹ ਨਹੀਂ ਖੂਏ ਇਹਨਾਂ ਦਾ ਕੋਈ ਮਨਜ਼ੂਰ ਨਹੀਂ ਹੈ ਇਹ ਸਾਰਾ ਖੋ ਚਮਝੜਾ ਤੇ ਅਸਾਂ ਆਇਆ ਕਿ ਕੀ ਇਹਨਾਂ ਘੁੱਟਾ ਭਰੀ ਕੰਮ ਕੀਤਾ ਜਾ ਖੂ ਤੱਕ ਕੀ ਹੋਣ ਕਿਸ ਤਰ੍ਹਾਂ ਪਾੜੋ ਨਹੀਂ ਬੇਣਾ ਪ੍ਰੋਸਰੀ ਹੈ ਕਿ ਮੈਂ ਸਾਰੇ ਤੋਂ ਛੋਟਾ ਘੁੱਟ ਪਰ ਸਦੂੰਗੀ ਕੀ ਨਹੀਂ ਨਾ ਹੈ ਪਹਿਲੇ ਤੋਂ ਕਿ ਨਹੀਂ ਅਸੀਂ ਕਹਾਂ ਕਿ ਗਿਆ ਤਾਂ ਬਚਣਾ ਹੀ ਕੁਝ ਨਹੀਂ 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 ਪਾਨ ਖੂ ਵਾਲਾ ਆ ਸਾ ਜਿਹੜਾ ਖਾਣਾ ਸਾ ਖਾਈ ਦੇ ਕੋਈ ਜਿਸ ਨਾ ਬਾਰੋ ਕਿਤਨਾ ਆ ਡੱਬੇ ਚ ਹਾਂ ਪਾਣੀ ਆ ਜੀ ਮੈਂ ਦਿਸਣਾ ਆ ਜੀ ਆ ਕੋਈ ਨਾ ਜੀ ਸਹੀ ਆ ਜੀ ਇਹ ਆ ਜੀ ਆ ਲੈ ਇਹ ਕਰੋ ਹਿੰਮਤ ਦੋ ਪਾਣੀ ਨਾ ਹੋਰ ਚੀਜ਼ ਹੋਣੀ ਇਸ ਨੂੰ ਕੁੱਟ ਕਰਨ ਠੀਕ ਹੈ ਜ਼ਿੰਦਗੀ 'ਚ ਮੈਨੂੰ ਪਹਿਲੀ ਦਫ਼ਾ ਅਹਿਸਾਸ ਹੋਇਆ ਕਿ ਮਾੜੀ ਜਾਣੀ ਦੀ ਕੋਈ ਕੀਮਤ ਨਹੀਂ ਹੈ ਉਹਦੀ ਵਜ੍ਹਾ ਇਹ ਹੈ ਕਿ ਇੱਕ ਤਾਂ ਥਿਆ ਥਿਆਸ ਆ ਦੂਆ ਵੀ ਜਨਾਬ ਪ੍ਰੈਕਟਿਸ ਕਰਨੇ ਤੇ ਵੀ ਗਿਆ ਤੁਸੀਂ ਇਹ ਬੰਦਾ ਨਜ਼ਰ ਨਹੀਂ ਨਾ ਵੇਖਣੀ ਜਾਣੀ ਨਾ ਸਵਾਲ ਆ ਇਹ ਜਿਹੜੀ ਇਸ ਇੱਧਰ ਬੈਠੀ ਜਿਸ ਫੋਨ ਪੜਿਆ ਵਾ ਨਹੀਂ ਨਾ ਕੋਈ ਕੀਮਤ ਕੀਮਤ ਨਹੀਂ ਗੱਲ ਹੋਣੀ ਤੁਸੀਂ ਅਹਿਸਾਸ ਹੀ ਕੋਣੀ ਜੀ ਇੱਕ ਬੰਦਾ ਪ੍ਰੈਕਟਿਸ ਕਰ ਰਿਹਾ ਜਗ੍ਹਾ ਹੀ ਕੋਈ ਅਲਾ ਦੂਰਾ ਦੂਰਾ ਜਾਂ ਦਿਸਰਾ ਕਿ ਜਿਵੇਂ ਬੰਦਾ ਨਾ ਬੰਦੇ ਨਹੀਂ ਜ਼ਾਤ ਜੀ ਉਹ ਦੋਏ ਨਾੜੀ ਜਿਹੜਾ ਮਤਲਬ ਐਕਸਪਰਟ ਬੰਦਾ ਕੋਈ ਨਹੀਂ ਨਾਲ ਉਹ ਪਾਰ ਹੈ ਨਾ ਪਾਣੀ ਬੰਦਾ ਕਿੰਨੀ ਦੇਰ ਜੀਣਾ ਦੇ ਸਕਣਾ ਦੋ ਅੱਗ ਮਿੰਟ ਤਾਂ ਉਹਨਾਂ ਕੀ ਉੱਥੋਂ ਹੀ ਥੈਂਕ ਦੋ ਮਿੰਟ ਕਿਹਾ ਹਮੇਸ਼ਾ ਚਾਰ ਪੰਜ ਮਿੰਟ ਲੱਗੀ ਜਾਸਨ ਹੈਰੀ ਹਰਾਮੀ ਪਹੁੰਚੀ ਆਏ ਹਾਂ ਅਲਹਮਦੁਲਿਲਾ ਸ਼ੁਕਰ ਅੱਲਾਹ ਤਾਲਾ ਨਾ ਉਸ ਤੋਂ ਬਾਅਦ ਇਸਰਾਰ ਸਾਹਿਬ ਨਾ ਇਸ ਇਰਫਾਨ ਸਾਹਿਬ ਨਾਲ ਕਿਹਾ ਗਈ ਨਾ ਵੀ ਥੋੜ੍ਹਾ ਜਿਹਾ ਆਪਣਾ ਹਿਸਾਬ ਆਇਆ ਕਸ਼ਤੀ ਕਿ ਡੁਬਾਉਣੇ 'ਚ ਲੇਕਿਨ ਆ ਕੇ ਮੁੜੀ ਤੈਰਨੇ ਵਿੱਚ ਲਾਏ ਤਸ਼ਰੀਫ ਜਿਸ ਦਮ ਹਬੀਬੇ ਹੁਦਾ ਲਾਏ ਤਸ਼ਰੀਫ ਜਿਸ ਦਮ ਹਬੀਬੇ ਹੁਦਾ ਅਰਸ਼ੀਓ ਨੇ ਕਹਾ ਫਰਿਸ਼ੀਓ ਨੇ ਕਹਾ ਅਰਸ਼ੀਓ ਨੇ ਕਹਾ ਫਰਿਸ਼ੀਓ ਨੇ ਕਹਾ ਸੈਯਦੀ ਮੁਰਸ਼ਦੀ ਯਾ ਨਬੀ ਮੁਸਤਫਾ ਸੈਯਦੀ ਮੁਰਸ਼ਦੀ ਯਾ ਨਬੀ ਮੁਸਤਫਾ
ਸਰਕਾਰ ਕੇ ਦੀਵਾਨੇ ਖੁਸ਼ੀਆਂ ਮਨਾ ਰਹੇ ਹੈ ਸਰਕਾਰ ਕੇ ਦੀਵਾਨੇ ਖੁਸ਼ੀਆਂ ਮਨਾ ਰਹੇ ਹੈ ਘਰ ਕੋ ਸਜਾ ਰਹੇ ਹੈ ਝੰਡੇ ਲਗਾ ਰਹੇ ਹੈ ਘਰ ਕੋ ਸਜਾ ਰਹੇ ਹੈ ਝੰਡੇ ਲਗਾ ਰਹੇ ਹੈ ਅੱਜ ਪੈਦਾ